ਟਰੈਕਟਰਾਂ ਦਾ ਆਪਾਂ ਕਹਿ ਦਈਏ ਸਭ ਤੋਂ ਵੱਡਾ ਥੋਕ ਹੈ ਇਹ। ਜੇ ਪੰਜਾਬ 'ਚ ਚੰਗੇ ਤੋਂ ਚੰਗਾ ਟਰੈਕਟਰ ਜੇ ਵਪਾਰੀ ਜਾਂ ਕੋਈ ਹੋਰ ਲੈ ਕੇ ਜਾਂਦਾ ਤਾਂ ਉਹ ਆਹਾ ਗਾੜਾ ਸਭ ਤੋਂ ਵੱਧ ਜਿਹੜਾ ਵੱਡਾ ਗਾੜਾ ਵੀ ਇੱਕੋ ਟਰੈਕਟਰ ਹੋ ਕੇ ਨਵਾਂ ਆਪਾਂ ਕਹਿ ਦਈਏ ਫੇਰ ਅੱਗੇ ਜਾਂਦਾ ਤੇ ਫੇਰ ਆਪਣੇ ਪੰਜਾਬੀ ਭਰਾ ਵੀ ਆਪਣੇ 2017 ਮਾਡਲ ਆਈਸ਼ਰ 70-80 ਟਰੈਕਟਰ ਆਪਣੇ ਕੋਲ ਆ 70-80 ਟਰੈਕਟਰ ਹੁਣ ਤੁਹਾਨੂੰ ਦਿਖਾਵਾਂਗੇ ਤਾਂ ਆਪਾਂ ਕਹਿ ਦਈਏ 10-12 ਟਰੈਕਟਰ ਹੀ ਹਨਾ ਬਾਈ ਕਿਉਂ ਬਾਲੀ ਵੱਡੀ ਵੀਡੀਓ ਬਣ ਜੂਗੀ ਫਿਰ ਆਪਾਂ ਕਹਿ ਦਈਏ ਹਨਾ ਜਿਹੜਾ ਮਰਜ਼ੀ ਯਾਰ ਤੁਸੀਂ ਟਰੈਕਟਰ ਲੈਣਾ ਬੰਦਿਆਂ ਨਾਲ ਇੱਕ ਵਾਰੀ ਗੱਲ ਕਰ ਲਓ ਇੱਥੋਂ ਖਾਲੀ ਨਹੀਂ ਮੁੜੋਗੇ ਚਾਹੇ ਤੁਸੀਂ ਗੱਲ ਕਰਕੇ ਇੱਕ ਵਾਰੀ ਚਾਹੇ ਆ ਜਾਓ ਤਾਂ ਸੰਡੇ ਸੁੰਡੇ ਨੂੰ ਵੀ ਬੰਦ ਨਹੀਂ ਹੁੰਦਾ ਓਪਨ ਹੀ ਆ ਸਾਰਾ ਕੰਮ 80-90 ਪੈਸੀ ਪਏ ਆ 30-35 ਵਾਲਾ ਗਾ ਡਬਲ ਕਲੱਚ ਮਾਡਲ ਕਿੰਨਾ ਬਾਈ ਜੀ ਇਹ 13 ਮਾਡਲ 290 ਬਾਈ ਜੀ ਹੁਣ ਇਹਨੇ ਡਿਮਾਂਡ ਕਰੀ ਆ ਟਰੈਕਟਰ ਦੀ ਇੱਧਰੋਂ ਨਾ ਧੁੱਪ ਪਈ ਜਾਂਦੀ ਥੋੜ੍ਹੀ ਜਿਹੀ ਕੰਡੀਸ਼ਨ ਤਾਂ ਤੁਹਾਨੂੰ ਇੱਥੋਂ ਹੁਣ ਸਹੀ ਦਿਸ ਰਹੀ ਹੋਊਗੀ ਇੰਡੋ ਫਾਰਮ ਹੈਗਾ ਅਤੇ ਦੇਖ ਸਕਦੇ ਹੋ ਤੁਸੀਂ ਟਰੈਕਟਰ ਇੱਥੇ ਜਿਹੜਾ ਉੱਚੇ ਮਾਡਲ ਆ ਜ਼ਿਆਦਾਤਰ ਹੈ ਨਾ ਜੇ ਪੁਰਾਣੇ ਵਾਲੇ ਨਾਮ ਜ਼ਰੂਰ ਹੁੰਦੇ ਆ ਬਾਈ ਹੈ ਨਾ ਅਤੇ ਕਾਗਜ਼ ਪੱਤਰਾਂ ਦੀ ਬਾਈ ਜੀ ਗਰੰਟੀ ਪੂਰੀ ਇੱਕ ਨੰਬਰ ਦੀ ਇੱਕ ਨੰਬਰ ਦੀ ਕਾਗਜ਼ ਪੱਤਰਾਂ ਦੀ ਪੂਰੀ ਗਰੰਟੀ ਹੋਊ ਭਾਈ ਬੰਦਿਆਂ ਦੀ ਸੋਨਾ ਲਿਆ 963 ਜਮ੍ਹਾਂ ਨਵਾਂ ਟਰੈਕਟਰ ਪਿਆ ਕਿਸੇ ਆਪਾਂ ਕਹਿ ਦਈਏ ਚਾਬੀ ਵੀ ਨਹੀਂ ਲੱਗੀ ਨਟ 'ਤੇ ਇੱਧਰ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣਾ ਦੇਖੋ ਪੰਪ ਪੰਪ ਕੁਛ ਵੀ ਨਹੀਂ ਖੁੱਲ੍ਹਿਆ ਯਾਰ ਕਿਤੇ ਆ ਦੇਖ ਲਓ ਸਾਰੇ ਪਾਸੇ ਜਮ੍ਹਾਂ ਨਵਾਂ ਟਰੈਕਟਰ ਪਿਆ ਆਪਾਂ ਕਹਿ ਦਈਏ ਬੰਦ ਸੀਲਾਂ 'ਚ ਦੇਖ ਸਕਦੇ ਹੋ ਕੋਈ ਪੰਪ ਇਹ ਬਾਈ ਰੇਟ 'ਚ ਹੀ ਬਣ ਜੂ ਹਨਾ ਟਰੈਕਟਰ ਇਹ ਰੇਟ 'ਚ ਹੀ ਬਣ ਜੂ 4x4 ਆ ਜੋਂ ਯਾਰ ਡਿਮਾਂਡ ਆ ਬਿਲਕੁਲ ਮੌਕੇ ਦੇ ਹੁੰਦੇ ਹੁੰਦੇ ਜ਼ਿਆਦਾ ਡਿਮਾਂਡ ਆ ਬਿਲਕੁਲ ਹਾਂ ਰੇ ਵਾਲਾ ਸਪਾਈਡਰ ਵਾਲਾ ਵੱਡੇ ਟਾਇਰ ਪਾ ਕੇ ਹਨਾ 4x4 ਭਾਲਦੇ ਆ ਬਿਲਕੁਲ ਹਾਂਜੀ ਵੀ ਸੱਜਣੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅਤੇ ਸੱਜਣੋ ਅੱਜ ਤੁਹਾਡੇ ਲਈ ਬਹੁਤ ਘੈਂਟ ਘੈਂਟ ਦੇ ਧਮਾਕੇ ਲੈ ਗਏ ਆਪਾਂ ਕਹਿ ਦਈਏ ਹੈ ਨਾ ਅਤੇ ਅੱਜ ਆਪਾਂ ਖੜੇ ਹਾਂ ਜੀ ਫਤਿਹਾਬਾਦ ਆਪਣੇ ਭਰਾਵਾਂ ਕੋਲ ਜੋਸ਼ਾ ਟਰੈਕਟਰ ਸੇਲਸ ਪੱਕੇਸ ਵਾਲੇ ਭਰਾਵਾਂ ਕੋਲ ਆਪਣੇ ਕੋਲ ਬਾਈ ਗੁਲਸ਼ਨ ਬਾਈ ਮਨੀਸ਼ ਹੋਣੀ ਅਤੇ ਦੂਜੇ ਭਰਾ ਸਾਰੇ ਹੈ ਨਾ ਤੁਹਾਨੂੰ ਅੱਜ ਬਹੁਤ ਘੈਂਟ ਘੈਂਟ ਔਫਰ ਦੇਵਾਂਗੇ ਬਹੁਤ ਘੈਂਟ ਘੈਂਟ ਲਈ ਆ ਜਾਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਭਰਾ ਜਿਹੜੇ ਨਵੇਂ ਆਏ ਪੇਜ ਨੂੰ ਕਰ ਲਓ ਫੋਲੋ ਯੂਟਿਊਬ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆ ਜਾਓ ਅੱਗੇ ਤੁਹਾਨੂੰ ਦਿਖਾਉਣੇ ਟਰੈਕਟਰਾਂ ਦਾ ਆਪਾਂ ਕਹਿ ਦਈਏ ਸਭ ਤੋਂ ਵੱਡਾ ਥੋਕ ਹੈ ਇਹ ਜੇ ਪੰਜਾਬ 'ਚ ਚੰਗੇ ਤੋਂ ਚੰਗਾ ਟਰੈਕਟਰ ਜੇ ਵਪਾਰੀ ਜਾਂ ਕੋਈ ਹੋਰ ਲੈ ਕੇ ਜਾਂਦਾ ਤਾਂ ਉਹ ਆਹਾ ਗਾੜਾ ਸਭ ਤੋਂ ਵੱਧ ਜਿਹੜਾ ਵੱਡਾ ਗਾੜਾ ਵੀ ਇੱਕੋ ਟਰੈਕਟਰ ਹੋ ਕੇ ਨਵਾਂ ਆਪਾਂ ਕਹਿ ਦਈਏ ਫੇਰ ਅੱਗੇ ਜਾਂਦਾ ਅਤੇ ਫੇਰ ਆਪਣੇ ਪੰਜਾਬੀ ਮਾਣ ਸਨਮਾਨ ਵੀ ਕਰਨਗੇ ਹੈ ਨਾ ਬਾਈ ਹੁਣੀ ਚੰਗਾ ਯਾਰ ਤੁਹਾਨੂੰ ਡੀਲ ਵੀ ਗਾਈਡ ਵੀ ਕਰਨਗੇ ਆਪਾਂ ਕਹਿ ਦਈਏ ਚੰਗੀ ਚੀਜ਼ ਦੇਣਗੇ ਮਾੜੀ ਨਹੀਂ ਦੇਣਗੇ ਤੇ ਇਸ ਤੋਂ ਬਾਅਦ ਬਾਈ ਜੀ ਕਿਹੜਾ ਟਰੈਕਟਰ ਆ ਗਿਆ ਆਪਣੇ ਕੋਲੇ 2017 ਮਾਡਲ ਆਈਸ਼ਰ 70-80 ਟਰੈਕਟਰ ਆਪਣੇ ਕੋਲੇ ਆ 70-80 ਟਰੈਕਟਰ ਹੁਣ ਤੁਹਾਨੂੰ ਦਿਖਾਵਾਂਗੇ ਤਾਂ ਆਪਾਂ ਕਹਿ ਦਈਏ 10-12 ਟਰੈਕਟਰ ਹੀ ਹਨਾ ਬਾਈ ਕਿਉਂ ਬਾਲੀ ਵੱਡੀ ਵੀਡੀਓ ਬਣ ਜੂਗੀ ਫਿਰ ਆਪਾਂ ਕਹਿ ਦਈਏ ਹਨਾ ਜਿਹੜਾ ਮਰਜ਼ੀ ਯਾਰ ਤੁਸੀਂ ਟਰੈਕਟਰ ਲੈਣਾ ਬੰਦਿਆਂ ਨਾਲ ਇੱਕ ਵਾਰੀ ਗੱਲ ਕਰ ਲਓ ਇੱਥੋਂ ਖਾਲੀ ਨਹੀਂ ਮੁੜੋਗੇ ਚਾਹੇ ਤੁਸੀਂ ਗੱਲ ਕਰਕੇ ਇੱਕ ਵਾਰੀ ਚਾਹੇ ਆ ਜਾਓ ਤਾਂ ਸੰਡੇ ਸੁੰਡੇ ਨੂੰ ਵੀ ਬੰਦ ਨਹੀਂ ਹੁੰਦਾ ਓਪਨ ਹੀ ਆ ਸਾਰਾ ਕੰਮ ਜਦੋਂ ਮਰਜ਼ੀ ਆ ਜਾਓ ਇੱਥੇ ਮੈਂ ਕਹਿਣਾ ਤੇ 17 ਰਹਿਣ ਦੀ ਵੀ ਬੱਲੇ ਬੱਲੇ ਬਾਈ ਰਹਿਣ ਦਾ ਵੀ ਦੂਰੋਂ ਕਿਉਂ ਦੂਰੋਂ ਬਾਹਲੇ ਆਉਂਦੇ ਆ ਬਾਈ ਭਰਾ ਹੁਣ ਜਿਵੇਂ ਆਨੰਦਪੁਰੋਂ ਬੰਦਾ ਤੁਰਿਆ ਤਾਂ ਦੂਰ ਫਿਰ ਔਖਾ ਹੋ ਜਾਂਦਾ ਬਾਈ ਹਨਾ 400-500 ਕਿਲੋਮੀਟਰ ਤੋਂ ਬੰਦਾ ਆਉਂਦਾ ਇਹ ਆ ਗਿਆ ਜੀ ਆਈਸ਼ਰ 485 ਮੂਹਰਲੇ ਟਾਇਰ ਦੇ ਬਿਲਕੁਲ ਨਵੇਂ ਆ ਮਗਰਲੇ ਟਾਇਰ ਦੇ 70-80 ਪੈਸੇ ਪਏ ਆਪਾਂ ਕਹਿ ਦਈਏ ਤੇ ਹਾਂ ਬਿਲਕੁਲ ਨਵਾਂ ਟਰੈਕਟਰ ਪਿਆ 4,25,000 ਡਿਮਾਂਡ ਰੱਖੀ ਹੈ ਬਾਈ ਹੁਣ ਇਹਨੇ ਬਾਕੀ ਮੈਂ ਕਿਹੜਾ ਤੁਹਾਨੂੰ ਮੋਟਾ ਮੋਟਾ ਸੀ ਦੱਸਣਾ ਸਾਰਾ ਠੀਕ ਹੈ ਬਿਲਕੁਲ ਬਾਕੀ ਸਾਰੀ ਬਾਕੀ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਲਓ ਰਾਬਤਾ ਕਾਇਮ ਕਰ ਲਓ ਸਾਈਡ ਗੇਅਰ 'ਚ ਆ ਗਿਆ ਠੀਕ ਹੈ ਇਹ ਪਾਵਰ ਸਟੀਅਰਿੰਗ ਆ 485 ਇਹ ਬਾਈ ਹੋਰਸ ਪਾਵਰ ਕਿੰਨੇ ਆ ਇਹ 45 ਹੋਊਗਾ ਇਹ ਹਨਾ 47 ਹੋਰਸ ਪਾਵਰ ਬਾਈ 47 ਹੋਰਸ ਪਾਵਰ ਟਰੈਕਟਰ ਹੈ ਜੀ ਆਈਸ਼ਰ 485 ਇਸ ਤੋਂ ਬਾਅਦ ਬਾਈ ਜੀ ਆ ਗਿਆ ਕਿਹੜਾ ਆਪਣਾ ਆ ਜੋਨ ਡੀਅਰ ਵੀ ਆਪਣੀ ਆ ਜੋਨ ਡੀਅਰ 53 ਦਾ 8 ਮਾਡਲ ਆ ਕਿਵੇਂ ਬਾਈ ਕਾਲੀ ਬਾਡੀ ਦਾ ਅੱਛਾ ਕਾਲਾ ਹਾਂ ਕਾਲੇ ਢਿੱਡ ਵਾਲਾ ਇਹਦੀ ਡਿਮਾਂਡ ਬਹੁਤ ਆ ਬਾਈ ਕਹਿੰਦਾ ਕਾਲੀ ਬਾਡੀ 'ਚ ਕਹਿੰਦਾ ਬਾਈ ਨੇ ਮੈਨੂੰ ਸਮਝ ਨਹੀਂ ਆਇਆ ਹਰਿਆਣੇ ਵਾਲੀ 'ਚ ਕਾਲੇ ਢਿੱਡ ਵਾਲਾ ਭਾਈ ਜਿਹੜੇ ਮੈਨੂੰ ਕਾਲੇ ਢਿੱਡ ਵਾਲਾ ਕਮੈਂਟਾਂ 'ਚ ਫੋਨ ਵੀ ਜਾਂ ਮੈਸੇਜ ਵੀ ਕਰਦੇ ਆ ਭਰਾ ਵੀ ਕਾਲੇ ਢਿੱਡ ਵਾਲਾ ਸਾਨੂੰ ਜੋਨ ਡੀਅਰ ਚਾਹੀਦਾ 8 ਮਾਡਲ ਕਿਉਂਕਿ ਹੁਣ ਸੀਜ਼ਨ ਤੋਂ ਪਹਿਲਾਂ ਬਹੁਤ ਟਰੈਕਟ ਵੇਖ ਗਏ ਜੋਨ ਡੀਅਰ ਬਹੁਤ ਘੱਟ ਮਿਲ ਰਿਹਾ ਕਾਲੇ ਢਿੱਡ ਵਾਲਾ ਆਪਾਂ ਕਹਿ ਦਈਏ ਬੰਦਿਆਂ ਨੇ ਪਹਿਲੀਆਂ 'ਚ ਹੀ ਲੈ ਲਏ ਜਿਨ੍ਹਾਂ ਨੇ ਲੈਣੇ ਬਾਈ ਤੂੜੀ ਵਾਲੀ ਮਸ਼ੀਨ 'ਤੇ ਬਹੁਤ ਚੜਾਉਂਦੇ ਉਹਨੂੰ ਜਾਂ ਵੱਡੀ ਮਸ਼ੀਨ 'ਤੇ ਉੱਥੇ ਬਹੁਤ ਚੜਾਉਂਦੇ ਆ ਹਨਾ ਆਪਣੇ ਪੰਜਾਬ ਦੇ ਏਰੀਏ ਦੀ ਗੱਲ ਹਾਂ ਤੇਲ ਖਰਚਾ ਘੱਟ ਹੈ ਇਹਦਾ ਹੈਗਾ ਫਰਕ ਤਾਂ ਹੀ ਉਹ ਕਾਲੇ ਢਿੱਡ ਵਾਲਾ ਜ਼ਿਆਦਾ ਪਸੰਦ ਕਰਦੇ ਆ 53-10 8 ਮਾਡਲ ਮੂਹਰਲੇ ਟਾਇਰ ਜਮ੍ਹਾਂ ਤਾਜ਼ੇ ਆਹ ਦੇਖ ਲਓ ਇਹ ਤੱਕ ਮੁਣਮੁਣੀਆਂ ਵੀ ਨਹੀਂ ਲੰਘੀਆਂ ਜਮ੍ਹਾਂ ਤਾਜ਼ੇ ਟਾਇਰ ਆ ਮਗਰਲੇ ਟਾਇਰ ਜ਼ਰੂਰ ਇਹਦੇ ਘੱਟ ਆਪਾਂ ਕਹਿ ਦਈਏ 30 ਪੈਸੇ ਮਗਰਲੇ ਟਾਇਰ ਕੰਮ ਇਹ ਵੀ ਦੇਣਗੇ ਆਪਾਂ ਕਹਿ ਦਈਏ ਹਨਾ 53-10 ਜੋਨ ਡੀਅਰ 8 ਮਾਡਲ 4-25 ਰੇਟ ਆ ਬਾਕੀ ਤੁਸੀਂ ਗੱਲ ਕਰ ਲਿਓ ਬਾਈ ਹੁਣਾਂ ਨਾਲ ਇਸ ਤੋਂ ਬਾਅਦ ਇੰਡੋ ਫਾਰਮ
30-35 आ गया। ए टायर की कंडीशन की गल करिए मूहरले टायर भी ये 60-70 पैसे पे आते, मगरले टायर तो ये 85-90 पैसे पे आ, 30-35 वाला गा डबल क्लच मॉडल किन्ना बई जी, ये 13 मॉडल 290 बई जी उन्होंने डिमांड करी है ट्रैक्टर की। इधरों ना धुप पई जाती थोड़ी जी कंडीशन, तुम्हें इतों कौन सही दिस रही होगी, इंडो फार्मा गा तो देख सकते हो तुम। उधर होर भी ट्रैक्टर बहुत आ बई उन्हें को यार, दिखा बंदा थक जाए, ऊ भी देखते ही थक जाता मनीष भाई है ना। जे आप गल करिए सोना लिका आ गया है 50 वाला बई जी, ते ट्रैक्टर जेडे अपने नंबर हो गए बई इतने एच आर या राजस्थान नंबर ही हो, पंजाब भी आ जाता है ना। बाकी ट्रैक्टर इतने जो उच्चे मॉडल आ ज्यादातर है ना, जो पुराने वाले नाम जरूर होंगे बई है ना। कागज पत्र की बई जी गरंटी पूरी एक नंबर की, कागज पत्र की पूरी गरंटी हो भाई बंद सोना लिखा डी आई 750 गा ये, मड गार्ड भी लगे, टायर ए जमा ताजे बई चारे है ना। मॉडल किन्ना आ गया बई ये 19 मॉडल, फिर तो जमा नवी ट्रैक्टर पे आप कह दिए 19 मॉडल सिकंदर आ गया है। तो 50 वाला देख सकते हो तुम, 5,15,000 बई जी उन्होंने डिमांड करी आ सोना लिखा डी आई 50 वाला, कितों खुलिया भी नहीं ट्रैक्टर यार, जमा नवा ट्रैक्टर पिया ताजा ट्रैक्टर जमा देख सकते हो, टायर भी जमा नवे पे ये। तो उधरों सू दिखाने लगते हैं दूजे पासों भी ट्रैक्टर आ दिखा दिए बई 963 के जाऊँ यार, 963 आ गया बई है ना, ये मूहरे टैंकी भी लगी है, मैं कहना 8-9,000 की तो यह टैंकी हैगी आप कह दिए, जे कि मशीन मशून से लाना हो ना। 21 मॉडल आ जमा नवा ट्रैक्टर, बंदा भी नाल बैठा साडा खुश हो जाता बैठा, ध्यान नाल देखो जूम कर दें भी आप। 21 मॉडल आ गया है 963 जमा नवा ट्रैक्टर पे, किसी आप कह दिए चाबी भी नहीं लगी नट ते, इधर देख सकते हो मैं सुन दिखा ना, देखो पंप पुंप कुछ भी नहीं खुला यार, कितने आ देख लो सारे पासे जमा नवा ट्रैक्टर पे आप कह दिए बंद सीलां च देख सकते हो, कोई पंप नहीं खुला, तो बधाया होंगे एडवांस अडवूंस करना है ना आप कह दिए। आह कला नाटा बंपर सीगा इतने पहला लंबा, ये बंपर का नाटा हाँ, तो आह कली पैप जाती है टैंकी आप कह दिए जो तेल घट जाता ट्रैक्टर च है ना। तो नवे टायर चा बिल्कुल ये नवे टायर आ 963 के, 21 मॉडल ट्रैक्टर आ 750 रेट लिखा हुआ है ये। इस तो बाद आ गया जोंडियर 4x4 50-50D 16 मॉडल च 17 की कापी आ है ना, 16 मॉडल आ 17 की कापी है, नवा ट्रैक्टर बिल्कुल जोंडियर 50-50D 4x4 टायर ये पे आ 70-80 पैसे आप कह दिए, हैवर रूफ ये लाई पी आ भाई, तो 5-85 रेट आ ये भाई, रेट च ही बन जू है ना ट्रैक्टर, ये रेट च ही बन जू 4x4 आ जोंडियर, डिमांड आ बिलकुल मौके दे हुंदे नहीं देगा, ज्यादा डिमांड आ बिलकुल हाँ, रे वाला स्पाइडर वाला बड़े टायर पाके है ना, 4x4 पाल दे बिलकुल ज्यादा, ओह आप करिए पहला छोटे ट्रैक्टर दे चलिया सी भाई, हुण तां वड्डे दी आ गया, हुण तां वड्डे ए ट्रैक्टर दी उस पंप ते बड़ी डिमांड आप कह दिए भाई, उन्होंने भी दसता 4x4 दी भी, जिवें रे वाला स्पाइडर हो गया ना अपना स्परे वाला ढोल जिहड़ा बनवा के ते टायर वो दूजे पै जांदे आ जिहड़े वड्डे ओह हाँ, उन्हां दी इहदी बहुत डिमांड आ बई, कहिंदा छोटा नहीं तां छोटे आ छोटा बई ते वड्डे दा वड्डा काम, इह दिंदा 60 हॉर्स पावर जिन्ना, क्यों 4x4 आ गया ना बिलकुल, तां करके जिथे अड़ गया उत्थों मूहरों टायर ला ते नाल दी ना कढ भाई। इस तों बाद आ गया जी अर्जन 605 नोवो डी आई, इत्थे आ देखो 2018 मॉडल है जी, 625 डिमांड आ, नवा ट्रैक्टर आ जमा, ते टायरां दी गल करिए ते टायर आपां कह दईए 80-85 पैसे पए आ बई है ना, 80-85 टायर इहदे पए आ पैसे, ते कंडीशन देख लो जमा नवा ट्रैक्टर पिया अर्जन 605 बई उन्हां कोल ट्रैक्टर आउंदे जांदे रहिंदे आ, पंजाब नंबर आ गया PV51 ਵਿੱਚ ਟਰੈਕਟਰ ਜਿਹਨਾਂ ਨੰਬਰ ਪਲੇਟਾਂ ਲੱਗੀਆਂ ਪਤਾ ਲੱਗ ਜਾਂਦਾ PV ਹੈ ਨਾ ਪੰਜਾਬ ਨੰਬਰ ਆ ਗਿਆ ਵੀ। ਇਸ ਤੋਂ ਬਾਅਦ ਆ ਗਿਆ ਫਾਰਮ ਟਰੈਕ 60 EPI EPI T20 ਨਵਾਂ ਟਰੈਕਟਰ ਆ, ਅੱਛਾ 2020 ਮਾਡਲ ਆ ਗਿਆ ਬਾਈ, ਬਾਹਲਾ ਸਾਫ ਪਿਆ ਹੈ ਨਾ, ਇਹ ਗੱਲ ਬਿਲਕੁਲ ਮੰਨਣ ਯੋਗ ਆ, 20 ਮਾਡਲ ਆ ਫਾਰਮ ਟਰੈਕ 60 T20 ਕਰ ਲੈਂਦਾ ਨਾ ਉਹ ਖੜਾ ਰੱਖਿਆ ਸ਼ੌਪ ਨੇ, ਅੱਛਾ ਉਹਨਾਂ ਨੇ ਕਰੀ ਬਾਹਰ ਜਾ ਰਹੇ ਆ ਉਹਨਾਂ ਹਾਂ ਮਾਡਲ ਆ ਗਿਆ ਜੀ। ਤੇ ਘੋੜਾ ਗੇਅਰ ਵਾਲਾ ਆ ਗਿਆ ਬਾਈ ਇਹ, ਕਿ ਬਿਨਾ ਇਹ ਦੇਖਿਓ ਮਾੜਾ, ਇਹ ਘੋੜਾ ਗੇਅਰ ਚ ਆ ਗਏ ਕਾਹਦੇ ਚ, ਇਹ ਹੈਗਾ ਘੋੜੇ ਗੇਅਰ ਵਾਲਾ T20 ਆ ਗਿਆ, ਇਹ ਘੋੜੇ ਗੇਅਰ ਚ ਆ ਗਿਆ, ਇਹ ਦੇਖ ਸਕਦੇ ਹੋ T20 ਬਿਲਕੁਲ ਸੁਪਰ ਮੈਕਸ ਆ ਗਿਆ ਦੇਖ ਸਕਦੇ ਹੋ, ਕੰਡੀਸ਼ਨ ਦੇਖੋ ਟਰੈਕਟਰ ਦੀ ਬਾਹਲਾ ਸਾਫ ਪਿਆ ਯਾਰ, ਇੱਧਰੋਂ ਆਹ ਦੇਖੋ ਪੰਪ ਪੁੰਪ ਦੀ ਕੰਡੀਸ਼ਨ, ਕਿਸੇ ਪਾਸੇ ਚਾਬੀ ਵੀ ਨਹੀਂ ਲੱਗੀ ਟਰੈਕਟਰ ਨੂੰ,
ਸਾਨੂੰ ਸਾਫ ਸੁਥਰਾ ਟਰੈਕਟਰ ਮਿਲੂਗਾ ਇੱਥੇ ਜੇ ਆਪਾਂ ਕਹਿ ਦਈਏ ਹਨਾ ਵੀ ਰੇਟ ਲਿਖਣ ਨੂੰ ਕੁਛ ਲਿਖਿਆ ਹੋਵੇ ਪਰ ਮੌਕੇ ਤੇ ਹੁੰਦੀ ਹੁੰਦੀ ਹੈ ਜਿਹੜੀ ਗੱਲਬਾਤ ਹੁੰਦੀ ਹੈ ਸਾਰੀ ਹਾਂ 2012 ਮਾਡਲ ਹੈਗਾ ਇਸ ਤੋਂ ਬਾਅਦ 60-60 ਇਹ ਆ ਗਿਆ 375 ਇਹਦਾ ਰੇਟ ਉਹਦਾ ਰੇਟ ਕਿੰਨਾ ਬਾਈ ਉਹਦਾ ਰੇਟ ਰਹਿ ਗਿਆ ਆਪਣਾ ਦੱਸਣ ਵਾਲਾ ਕਿੰਨਾ 675 ਇਹਦਾ T20 ਵਾਲੇ ਦਾ 675 ਰੇਟ ਆ ਇਹਦਾ 375 ਆ 60-60 ਵਾਲੇ ਦਾ 16 ਵਾਲੇ ਟਾਇਰ ਇਹਦੇ ਤੇ ਮੂਹਰਲੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਇਹਦੀ ਗੱਲ ਕਰੀਏ 70 ਪੈਸੇ ਪਏ ਆ ਇਹਦੇ ਇਹ ਮਾਡਲ ਕਿੰਨਾ ਗਿਆ 13 ਕਿ 12 ਬਾਈ 12 ਮਾਡਲ 12 ਮਾਡਲ ਹੈ ਜੀ ਇਹ ਕੰਡੀਸ਼ਨ ਤੁਸੀਂ ਹਾਂ ਬਿਲਕੁਲ ਦੇਖ ਸਕਦੇ ਇੰਡੋ ਫਾਰਮ ਹੋ ਗਿਆ ਸਟੈਂਡਰਡ ਹੋ ਗਿਆ ਬਾਲੇ ਭਰਾ ਫੋਨ ਕਰਦੇ ਆ ਕਮੈਂਟਾਂ ਚ ਹੁਣ ਸੀਜ਼ਨ ਆ ਗਿਆ ਨਾ ਬਾਈ ਸੀਜ਼ਨ ਆ ਗਿਆ ਤੂੜੀ ਦਾ ਆਉਣਾ ਬਿਲਕੁਲ ਵੱਡੇ ਟਰਾਲੇ ਖਿੱਚਦੇ ਇਹ ਜ਼ਿਆਦਾਤਰ ਆਪਾਂ ਕਹਿ ਦਈਏ ਹਾਂ ਬਿਲਕੁਲ 30-35 ਵਾਲਾ ਇਹ ਇੰਡੋ ਫਾਰਮ ਆ ਫਾਈਬਰ ਰੂਫ ਲੱਗੀ ਹੈ ਕੰਪਨੀ ਦੇ ਨਾਲ ਦੀ ਇਹਦੇ ਸਾਈਡ ਗੇਅਰ ਚ ਆ ਠੀਕ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ 20 ਮਾਡਲ ਆ ਤੇ 4-15 ਰੇਟ ਲਿਖਿਆ 4 ਲੱਖ ਚ ਆਪਾਂ ਕਹਿ ਦਈਏ ਨਹੀਂ 20 ਮਾਡਲ ਟਰੈਕਟਰ ਕਿੱਥੇ ਮਿਲਦਾ ਹਨਾ ਆਪਾਂ ਕਹਿ ਦਈਏ ਜੀ ਬਿਲਕੁਲ ਇਹ ਇੱਧਰੋਂ ਤੁਹਾਨੂੰ ਆਪਾਂ ਉੱਧਰ ਖੜੇ ਆ ਬਾਈ ਹਨਾ ਬਾਹਲੀ ਲੰਬੀ ਹੋ ਜੂ ਮੈਂ ਕਹਿੰਦਾ ਉੱਧਰ ਵੀਡੀਓ ਵੱਢ ਨਾ ਕੱਢ ਲਈਏ ਬਾਹਲੀ ਲੰਬੀ ਹੋ ਜੂਗੀ ਵੀਡੀਓ ਸੱਜਣੋ ਇਹ ਸਾਰੀ ਵੀਡੀਓ ਸੀ ਨਾ ਤੁਹਾਨੂੰ ਟਰੈਕਟਰ ਦਿਖਾ ਦਿੱਤੇ ਆਪਾਂ $15 ਦਾ ਦਿਖਾਈ ਦਿੱਤੇ ਬਾਈ ਆਹ ਆ ਗਿਆ ਇੱਕ ਨਾ ਫਾਰਮ ਟਰੈਕ EPI ਇਹ ਆ ਗਿਆ ਫਾਰਮ ਟਰੈਕ 60 EPI ਸੱਜਣੋ 15 ਮਾਡਲ ਆ ਤੇ ਟਾਇਰ ਜਮਾਂ ਨਵੇਂ ਤਾਜ਼ੇ ਟਾਇਰ ਆ ਜਮਾਂ ਬਿਲਕੁਲ ਨਵੇਂ ਆਪਾਂ ਕਹਿ ਦਈਏ ਪਾਵਰ ਸਟੀਅਰਿੰਗ ਚ ਫਾਰਮ ਟਰੈਕ 60 EPI 15 ਮਾਡਲ ਆ ਕੰਡੀਸ਼ਨ ਦਿਖਾ ਦਿੰਦਾ ਮੈਂ ਤੁਹਾਨੂੰ ਟਰੈਕਟਰ ਦੀ ਯਾਰ ਕਿਤੇ ਨਟ ਨੂੰ ਨਾ ਚਾਬੀ ਵੀ ਨਹੀਂ ਲੱਗੀ ਲੈ ਧਿਆਨ ਨਾਲ ਦੇਖਦੇ ਕਿਤੇ ਚਾਬੀ ਨਹੀਂ ਲੱਗੀ ਨਟ ਨੂੰ ਸਾਰਾ ਕੁਛ ਨਾਲ ਦਾ ਟਰੈਕਟਰ ਦੇ ਜਿਵੇਂ ਹੁੰਦਾ ਹਨਾ ਆਪਾਂ ਕਹਿ ਦਈਏ ਨਵੇਂ ਟਾਇਰ ਆ ਮੱਡ ਗਾਟਾਂ ਦੀ ਮੈਂ ਤੁਹਾਨੂੰ ਕੰਡੀਸ਼ਨ ਦਿਖਾਉਣ ਨਾਲ ਕਿਤੇ ਜੰਗਾਲ ਨਹੀਂ ਭੋਰਾ ਵੀ ਜਮਾਂ ਸਾਫ ਆ ਦੇਖ ਲਓ ਹੁੱਕ ਦੇਖ ਲਓ ਕਿੰਨੀ ਘਸੀ ਆ 15 ਮਾਡਲ ਦੀ 1 ਕਿੱਲਿਆਂ ਵਾਲੀ ਹੁੱਕ ਆ ਤੇ ਲੈਂਕਾਂ ਵੀ ਇਹਦੇ ਦੂਜੀਆਂ 1 ਕਿੱਲਿਆਂ ਵਾਲੀਆਂ ਆਪਾਂ ਕਹਿ ਦਈਏ ਰੂਟਾਵੀਟਰ ਤੇ ਬਹੁਤ ਕਾਮਯਾਬ ਆ ਗਈਆਂ ਅੱਜ ਕੱਲ੍ਹ ਇਹ ਤੇ ਬਾਈ ਉਹਨਾਂ ਦਾ ਮੈਂ ਤੁਹਾਨੂੰ ਐਡਰੈਸ ਦੱਸ ਦਿੰਦਾ 224 ਨੰਬਰ ਦੁਕਾਨ ਆ ਜੋਸਨ ਸੇਲ ਐਂਡ ਪਰਚੇਜ਼ ਤੇ ਬਾਈ ਮਨੀਸ਼ ਆ ਗਏ ਮਨੀਸ਼ ਬਾਈ ਆਪਣਾ ਇੱਕ ਵਾਰੀ ਸਾਰਾ ਬਾਇਓਡਾਟਾ ਬੋਲ ਦਿਓ ਨਾਮ ਐਡਰੈਸ ਸਾਰਾ ਦੱਸ ਦਿਓ ਜਨੋ ਨੰਬਰ ਜੋਸਨ ਸੇਲ ਪਰਚੇਜ਼ ਹਾਂ ਫਤਿਹਾਬਾਦ ਮੰਡੀ ਬਿਲਕੁਲ ਹਰਿਆਣਾ ਗੇਟ ਤੋਂ ਐਂਟਰ ਕਰਾਂਗੇ ਮੰਡੀ ਚ ਹਾਂ ਤੇ ਆਪਣੀ 224 ਨੰਬਰ ਦੁਕਾਨ ਆ ਪੋਸਟ ਰੱਖਾਂ ਜੀ ਬਾਈ ਦਾ ਆਪਣਾ ਬਿਲਕੁਲ ਤੇ ਇੱਧਰ ਨਿਊਲੈਂਡ ਏਜੰਸੀ ਦੇ ਨਾਲ ਹਾਂ ਨਿਊਲੈਂਡ ਏਜੰਸੀ ਦੇ ਨਾਲ ਇੱਧਰ ਤੇ ਇੱਥੇ ਸਾਰੇ ਭਾਂਤਰੇ ਤੁਹਾਨੂੰ ਟਰੈਕਟਰ ਮਿਲਣਗੇ ਬਾਈ ਹੁਣੇ ਕੋਲੇ ਜਿਹੜਾ ਮਰਜ਼ੀ ਲੈ ਲਿਓ ਤੁਸੀਂ ਮੈਂ ਕਹਿਣਾ ਤੇ ਮਨੀਸ਼ ਬਾਈ ਕੰਟੈਕਟ ਨੰਬਰ ਜ਼ਰੂਰ ਬੋਲ ਦੇ ਆਪਣਾ 913-812-7100 ਵਟਸਐਪ ਤੇ ਕਾਲ ਕਰ ਸਕਦੇ ਹੋ ਬਾਕੀ ਬਾਈ ਗੁਲਸ਼ਨ ਹੋਣਾਂ ਦੇ ਵੀ ਨੰਬਰ ਇੱਥੇ ਸਕਰੀਨ ਤੇ ਵੀ ਮੈਂ ਦੇ ਦੂੰ ਇੱਧਰ ਵੀ ਚੈੱਕ ਕਰ ਸਕਦੇ ਹੋ ਤੁਸੀਂ ਆ ਬਾਈ ਹੁਣੇ ਰਵੀ ਦੇ ਵੀ ਰਾਮਨ ਸ਼ਰਮੇ ਦਾ ਵੀ ਬਾਈ ਦਾ ਨੰਬਰ ਆ ਇਹ ਹਾਂ ਆ ਇੱਧਰ ਆ ਰਵੀ ਬਾਈ ਆ ਇਹ 24 ਘੰਟੇ ਬਾਈ ਦੁਕਾਨ ਤੇ ਮਿਲੂਗਾ ਰਵੀ ਬਾਈ ਮਾੜਾ ਜਿਹਾ ਹੱਥ ਚੱਕਿਓ ਇੱਧਰ ਕਿਰਾਂ ਆਹਾਂ ਬੰਦਾ ਬਾਈ ਤੁਹਾਨੂੰ 24 ਘੰਟੇ ਦੁਕਾਨ ਤੇ ਮਿਲੂਗਾ ਸੌਦੇ ਸੁਦੇ ਕਰ ਇੱਥੇ ਇਹ ਸਪੈਸ਼ਲ ਇੱਥੋਂ ਵਾਲਾ ਬੰਦਾ ਆਪਾਂ ਕਹਿ ਦਈਏ ਬਾਈ ਰਵੀ ਆਪਣਾ ਬਿਲਕੁਲ ਬਾਈ ਬਿਲਕੁਲ ਭਰਾਵਾਂ ਦੇ ਪਿਆਰ ਨਾਲ ਬਿਲਕੁਲ ਤੇ ਇਹ ਵੀਡੀਓ ਤੁਹਾਨੂੰ ਸੱਜਣੋ ਮੈਂ ਤੁਹਾਨੂੰ ਸਾਰੀ ਗੱਲਬਾਤ ਬਾਈ ਉਹਨਾਂ ਨਾਲ ਵੀ ਕਰਾਤੀ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਜਿਹੜੇ ਭਰਾ ਪੇਜ ਤੇ ਨਵੇਂ ਆਏ ਆ ਪੇਜ ਨੂੰ ਕਰ ਲਓ ਫੋਲੋ ਤੇ ਯੂਟਿਊਬ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਮੇਰਾ ਭਰਾ ਜਿਉਂਦੇ ਵਸਦੇ ਰਹੋ ਧੰਨਵਾਦ ਜੀ।